ਜਿੱਥੇ ਪੂਰੇ ਪੰਜਾਬ ਅੰਦਰ ਚਿੱਟੇ ਦੇ ਖਿਲਾਫ ਕਾਲਾ ਹਫ਼ਤਾ ਮਨਾਇਆ ਜਾ ਰਿਹਾ ਹੈ, ਉੱਥੇ ਹੀ ਪਿੰਡ ਸੇਖਾ ਦੇ ਲੋਕਾਂ ਵੱਲੋਂ ਨਸ਼ਿਆਂ ਖਿਲਾਫ਼ ਮੁਹਿੰਮ ਵਿੱਢੀ ਹੈ। ਪਿੰਡ ਵਾਸੀਆਂ ਨੇ ਨਸ਼ਿਆਂ ਖਿਲਾਫ਼ ਡਟਣ ਦਾ ਪ੍ਰਣ ਲਿਆ ਹੈ ਅਤੇ ਪੁਲਿਸ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਹੈ। ਬਰਨਾਲਾ ਤੋਂ ਵਿਕਰਮ ਧਨੌਲਾ ਦੀ ਰਿਪੋਰਟ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਮਹਿੰਦਰ ਸਿੰਘ ਬੜੈਚ, ਪਿੰਡ ਸੇਖਾ, ਜ਼ਿਲ੍ਹਾ ਬਰਨਾਲਾ। ਅਸੀਂ ਅੱਜ ਸਮੁੱਚੇ ਮੈਂ ਵੈਸੇ ਤਾਂ ਲੱਖੋਵਾਲ ਗਰੁੱਪ ਨਾਲ ਸੰਬੰਧਿਤ ਹਾਂ, ਪੰਜਾਬ ਦਾ ਮੀਤ ਪ੍ਰਧਾਨ ਹਾਂ, ਪਰ ਅਸੀਂ ਇਹਨਾਂ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ, ਨਾ ਅਕਾਲੀ ਦਲ, ਨਾ ਕੋਈ ਕਾਂਗਰਸ, ਨਾ ਆਮ ਆਦਮੀ, ਪਰ ਅਸੀਂ ਸਮੁੱਚੇ ਨਗਰ ਨਿਵਾਸੀਆਂ ਨੇ ਇਹ ਫੈਸਲਾ ਕੀਤਾ ਵੀ ਅਸੀਂ ਆਪਣੇ ਪਿੰਡ ਵਿੱਚੋਂ ਨਸ਼ੇ ਦੀ ਲਾਮਤ ਨੂੰ ਦੂਰ ਕਰਨ ਵਾਸਤੇ ਸਾਰੇ ਇੱਕਮੁੱਠ ਹੋ ਕੇ ਇਹਦਾ ਡਟ ਕੇ ਮੁਕਾਬਲਾ ਕਰਾਂਗੇ, ਕਿਉਂਕਿ ਸਾਡੇ ਜਿਹੜੇ ਬੱਚੇ ਨੇ ਉਹ ਇਹ ਗਲਤ ਰਾਹ ਵੱਲ ਨੂੰ ਜਾ ਰਹੇ ਨੇ। ਅਸੀਂ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਪ੍ਰੇਰ ਕੇ ਇਸ ਰਾਹ ਤੋਂ ਪਿੱਛੇ ਹਟਾਵਾਂਗੇ। ਕੀ ਤੁਹਾਡੀ ਕੀ ਵਿਉਂਤਬੰਦੀ ਹੈ ਜੀ ਨਸ਼ਾ ਖਤਮ ਕਰਨ ਲਈ ਆਪਣੇ ਪਿੰਡ ਦੇ? ਸਾਡੀ ਇਹ ਵਿਉਂਤਬੰਦੀ ਹੈ ਵੀ ਜਿਹੜੇ ਨਸ਼ੇ ਦੇ ਸੌਦਾਗਰ, ਬੇਸ਼ੱਕ ਸਾਡੇ ਪਿੰਡ ਵਿੱਚ ਇੰਨੇ ਤੱਕ ਨਹੀਂ ਹਨ, ਫਿਰ ਵੀ ਜਿਹੜੇ ਕੋਈ ਵੇਚਣ ਦੀ ਕੋਸ਼ਿਸ਼ ਕਰਦੇ ਨੇ, ਅਸੀਂ ਜੇ ਤਾਂ ਉਹ ਕਿਸੇ ਸਾਡੇ ਕਹਿਣ ਸੁਣਨ 'ਤੇ ਹੀ ਬਾਜ ਆ ਗਏ ਤਾਂ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਰੋਕਾਂਗੇ। ਜੇਕਰ ਉਹ ਨਹੀਂ ਰੁਕਦੇ ਤਾਂ ਅਸੀਂ ਉਹਨਾਂ ਡਟ ਕੇ ਵਿਰੋਧ ਕਰਾਂਗੇ। ਉਹਨਾਂ ਦੀ ਕਿਸੇ ਵੀ ਗੱਲ ਤੋਂ ਅਸੀਂ ਝਿਜਕਾਂ ਨੇਗੇ ਨਹੀਂ, ਸਾਰੇ ਨਗਰ ਨਿਵਾਸੀ ਇਕੱਠੇ ਹੋ ਕੇ ਉਹਨਾਂ ਦਾ ਵਿਰੋਧ ਕਰਾਂਗੇ, ਬਾਈਕਾਟ ਕਰਾਂਗੇ, ਸੋਸ਼ਲ ਬਾਈਕਾਟ ਕਰਾਂਗੇ। ਜੇ ਸਾਡੀਆਂ ਗੱਲਾਂ ਮੰਨ ਕੇ ਉਹ ਇਸ ਲਾਮਤ ਨੂੰ ਛੱਡਦੇ ਨੇ, ਨਸ਼ਾ ਬੇਤਰਾ ਬੰਦ ਕਰਦੇ ਨੇ ਤਾਂ ਬਹੁਤ ਵਧੀਆ ਗੱਲ ਹੈ। ਨਸ਼ੇ ਅਸੀਂ ਪ੍ਰਸ਼ਾਸਨ ਦੀ ਮਦਦ ਲੈ ਕੇ, ਜਿਵੇਂ ਕਿ ਅੱਜ ਅਸੀਂ SSP ਸਾਹਿਬ ਨੂੰ ਮਿਲਣ ਜਾ ਰਹੇ ਹਾਂ, ਉਹਨਾਂ ਨੂੰ ਇਸ ਗੱਲ ਬਾਰੇ ਅਸੀਂ ਆਪਦਾ ਮੰਗ ਪੱਤਰ ਦੇਵਾਂਗੇ, ਜਿਹਦੇ ਵਿੱਚ ਅਸੀਂ ਹਾਂਜੀ ਹੋਰ ਵੀ ਸਾਡੇ ਨਾਲ ਪਿੰਡ ਸੇਖਾ ਦੇ ਕੁਝ ਸੱਜਣ ਜੁੜੇ ਹੋਏ ਨੇ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ। ਤੁਹਾਡੇ ਹਿਸਾਬ ਨਾਲ ਕਿੰਨੇ ਕੁ ਜਿਹੜੇ ਨੇ ਨਸ਼ਾ ਪੀੜਿਤ ਹੋਣਗੇ ਤੁਹਾਡੇ ਪਿੰਡ ਦੇ ਵਿੱਚ, ਅਤੇ ਕਿੰਨੇ ਕੁ ਨੇ ਜਿਹੜੇ ਨਸ਼ਾ ਸਪਲਾਈ ਕਰਦੇ ਨੇ, ਅੰਦਾਜ਼ਾ ਕਿੰਨਾ ਹੋਣਗੇ? ਅੰਦਾਜ਼ਾ ਦੱਸੇ 50-60 ਕੁ ਨੌਜਵਾਨ ਹੋ ਸਕਦੇ ਆ ਜੀ। ਹਾਂ, ਅਤੇ ਵੇਚਣ ਵੁੱਚਣ ਵਾਲੇ ਤਾਂ ਘੱਟ ਹੀ ਆ, ਜਾਣੀ ਕਿ ਅਸੀਂ ਉਹਨਾਂ ਨੂੰ ਜਿਵੇਂ ਸਾਡੇ ਬਜ਼ੁਰਗਾਂ ਨੇ ਕਿਹਾ ਹੈਗਾ ਵੀ ਉਹਨਾਂ ਨੂੰ ਬੇਨਤੀ ਕਰਾਂਗੇ ਪਹਿਲਾਂ ਵੀ ਉਹ ਇਹ ਕੰਮ ਤੋਂ ਬਾਜ਼ ਆ ਜਾਣ, ਉਸ ਤੋਂ ਬਾਅਦ ਉਹਨਾਂ ਦਾ ਵਿਰੋਧ ਵੀ ਹੋਊਗਾ। ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਨਗਰ ਦੇ ਸਾਂਝ ਦੇ ਨਾਲ ਇਹ ਕੰਮ ਸ਼ੁਰੂ ਕੀਤਾ, ਜੋ SSP ਸਾਹਿਬ ਨੂੰ ਅਸੀਂ ਜਾ ਕੇ ਬੇਨਤੀ ਕਰਾਂਗੇ, ਸਾਡੇ ਪਿੰਡ ਦੇ ਵਿੱਚ ਵੀ ਆਉਣ, ਨੌਜਵਾਨਾਂ ਨੂੰ ਸਮਝਾਉਣ ਵੀ ਆ ਕੇ, ਅਤੇ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਨਸ਼ਾ ਖਤਮ ਕਰਨ ਵਾਸਤੇ। ਇੱਕ ਗੱਲ ਹੋਰ ਨਵੀਂ ਦੇਖਣ ਨੂੰ ਮਿਲੀ ਆ ਜੀ, ਇਹਨਾਂ ਪਿਛਲੇ ਇੱਕ ਹਫ਼ਤੇ 10 ਦਿਨ ਦੇ ਦੌਰਾਨ ਪਿੰਡਾਂ ਦੇ ਜਿਹੜੇ ਲੋਕ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਚਾਹੇ ਉਹ ਆਮ ਆਦਮੀ ਪਾਰਟੀ ਵਾਲੇ ਹੋਣ, ਕਾਂਗਰਸੀ ਜਾਂ ਅਕਾਲੀ ਹੋਣ, ਲੋਕਲ ਲੈਵਲ 'ਤੇ ਪਿੰਡ ਜਾਂ ਮੁਹੱਲੇ ਲੈਵਲ 'ਤੇ ਸਾਰੇ ਇੱਕ ਪਲੇਟਫਾਰਮ 'ਤੇ ਇਕੱਠੇ ਹੁੰਦੇ ਨਜ਼ਰ ਆਉਂਦੇ ਨੇ, ਕਿਉਂਕਿ ਗੱਲ ਹੋਂਦ ਦਾ ਹੈ ਜੀ, ਇੱਥੇ ਪੰਜਾਬੀਆਂ ਦੀ ਹੋਂਦ ਖਤਰੇ ਵਿੱਚ ਹੈ, ਅਤੇ ਇਹਨਾਂ ਦਾ ਇਕੱਠੇ ਹੋਣਾ ਵੀ ਇੱਕ ਲਾਜ਼ਮੀ। ਹੋਰ ਵੀ ਵੀਰ ਜੁੜੇ ਨੇ, ਆਪਾਂ ਉਹਨਾਂ ਦੇ ਵਿਚਾਰ ਜਿਹੜੇ ਲੈਂਦੇ ਜੀ, ਕੀ ਕਹਿਣਾ ਚਾਹੋਗੇ? ਬਸ ਜੀ, ਅਸੀਂ ਨਸ਼ਿਆਂ ਬਾਰੇ ਕਹਿੰਦੇ ਹਾਂ ਵੀ ਇਸੇ 'ਤੇ ਰੋਕਥਾਮ ਹੋਣੀ ਚਾਹੀਦੀ ਆ, ਜਿਹੜੇ ਗਲਤ ਰਾਹ ਚੱਲਦੇ ਨੇ ਉਹਨਾਂ ਨੂੰ ਸਹੀ ਰਾਹ ਪਾਉਣਾ ਚਾਹੀਦਾ, ਪਹਿਲਾਂ ਸਮਝਾਉਣਾ ਚਾਹੀਦਾ, ਫਿਰ ਸਖਤੀ ਨਾਲ ਨਿਬੜਨਾ ਚਾਹੀਦਾ। ਅੱਛਾ, ਸਰਕਾਰਾਂ ਵੀ ਇਹਦੇ ਖਿਲਾਫ਼, ਤੁਹਾਨੂੰ ਲੱਗਦਾ ਵੀ ਸਰਕਾਰ ਆ ਜਿਹੜੀ ਆਪਣਾ ਸਹੀ ਕੰਮ ਕਰ ਰਹੀ ਆ ਜੀ, ਉਹ ਦੱਸੂਗਾ ਵੀਰ? ਹਾਂਜੀ, ਵੈਸੇ ਤਾਂ ਸਰਕਾਰ ਨੇ ਇਸ ਗੱਲ ਦਾ ਪਹਿਲਾਂ ਵੀ ਸਰਕਾਰ ਬਣ ਵੇਲੇ 'ਤੇ ਹੀ ਆ ਕਿਤੇ ਵੀ 4 ਹਫ਼ਤਿਆਂ ਦੇ ਵਿੱਚ ਖਤਮ ਕਰਾਂਗੇ, ਪਰ ਸਰਕਾਰ ਇਸ ਗੱਲ ਤੋਂ ਮਨ ਸਫਲ ਨਹੀਂ ਹੋ ਸਕਦੀ। ਪਰ ਜਿਹੜਾ ਹੁਣ ਕੈਪਟਨ ਸਾਹਿਬ ਨੇ ਆਪਦੇ MLA ਅਤੇ ਮੰਤਰੀਆਂ 'ਤੇ ਕੰਟਰੋਲ ਕੀਤਾ, ਸਾਨੂੰ ਪੂਰੀ ਉਮੀਦ ਹੈ ਵੀ ਇਸ ਵਿੱਚ ਉਹ ਸਫਲ ਹੋਣਗੇ। ਜੇ ਨਹੀਂ ਹੋਣਗੇ ਤਾਂ ਅਸੀਂ ਉਹਨਾਂ ਦਾ ਜਦੋਂ ਉਹ ਵੋਟਾਂ ਵੇਲੇ
ਇੱਥੇ ਸਾਡੇ ਕੋਲ ਵੋਟਾਂ ਮੰਗਣ ਆਉਣਗੇ, ਪੂਰਾ ਡਟ ਕੇ ਖੜ ਕੇ ਵਿਰੋਧ ਕਰਾਂਗੇ ਵੀ ਤੁਸੀਂ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ, ਬੇਸ਼ੱਕ ਵਾਅਦੇ ਤਾਂ ਹੋਰ ਵੀ ਬਹੁਤ ਕੀਤੇ ਪਰ ਨਸ਼ਿਆਂ, ਅਸੀਂ ਅੱਜ ਨਸ਼ਿਆਂ ਬਾਰੇ ਗੱਲ ਕਰਾਂਗੇ ਵੀ ਸਾਡੇ ਬੱਚਿਆਂ ਨੂੰ ਤੁਸੀਂ ਨਸ਼ਿਆਂ ਦੀ ਅਲਾਮਤ ਵਿੱਚ ਧੱਕ ਰਹੇ ਹੋ, ਵਾਅਦਾ ਕਰਕੇ ਮੁੱਕਰ ਰਹੇ ਹੋ, ਹੁਣ ਚਾਹੇ ਕਿਸੇ 'ਤੇ ਵੀ ਕੀਮਤ 'ਤੇ ਤੁਸੀਂ ਇਹਨੂੰ ਕੰਟਰੋਲ ਕਰੋ, ਜੇ ਨਹੀਂ ਕੰਟਰੋਲ ਕਰਨਗੇ ਕੱਲ੍ਹ ਨੂੰ ਵੋਟਾਂ ਵੇਲੇ ਅਸੀਂ ਉਹਨਾਂ ਡਟ ਕੇ ਵਿਰੋਧ ਕਰਾਂਗੇ, ਇਹਨਾਂ ਨੂੰ ਅਸੀਂ ਸਟੇਜਾਂ 'ਤੇ ਬੋਲਣ ਵੀ ਨਹੀਂ ਦੇਵਾਂਗੇ, ਕਿਉਂਕਿ ਜੇ ਉਹ ਕਾਮਯਾਬ ਹੋ ਗਏ ਅਸੀਂ ਉਹਨਾਂ ਦਾ ਮਾਣ ਸਤਿਕਾਰ ਕਰਾਂਗੇ, ਜਿੱਥੋਂ ਤੱਕ ਵੀ ਸਾਡਾ ਹੋ ਸਕਿਆ ਆਪਣੇ ਨਗਰ ਵਾਰੀ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਦੇਵਾਂਗੇ ਵੀ ਅਸੀਂ ਸਰਕਾਰ ਨੂੰ ਮੰਗ ਕਰਦੇ ਹਾਂ ਵੀ ਆਪਣੇ ਵਾਅਦੇ 'ਤੇ ਪੂਰਾ ਉਤਰੋ, ਸਾਡੇ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਖਤਮ ਕਰੋ, ਸਾਡੀ ਜਵਾਨੀ ਬਚਾਓ, ਸਾਡੇ ਘਰ ਬਚਾਓ ਬਚਾਓ ਤਾਂ ਕਿ ਜਿਹੜੇ ਅੱਜ ਸਾਡੇ ਘਰ ਜਿਹਨਾਂ ਮਾਂ ਦਾ ਪੁੱਤ ਮਰ ਜਾਂਦਾ ਉਹ ਮਾਂ ਦਾ ਹੀ ਹਾਲ ਪੁੱਛਿਆ ਚਾਹੀਦਾ ਵੀ ਉਹਦੇ ਨਾਲ ਕੀ ਬੀਤਦੀ ਹੈ, ਭੈਣ ਦਾ ਭਾਈ ਮਰਦਾ ਉਹਦੇ ਨਾਲ ਕੀ ਬੀਤਦੀ ਹੈ। ਸੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਛੇਤੀ ਤੋਂ ਛੇਤੀ ਇਹ ਨਸ਼ਿਆਂ ਵਾਲੀ ਅਲਾਮਤ ਨੂੰ ਖਤਮ ਕਰਨ ਦਾ ਉਪਰਾਲਾ ਕਰਨ। ਪਿੰਡਾਂ ਵਾਲੇ ਆਪਣੀ ਡਿਊਟੀ ਨਿਭਾ ਰਹੇ ਨੇ, ਨਾਲੋਂ ਨਾਲ ਨਿਡਰ ਆਵਾਜ਼ ਜਿਹੜਾ ਆ ਉਹ ਵੀ ਆਪਣਾ ਕੰਮ ਜਿਹੜਾ ਬੜਾ ਇਮਾਨਦਾਰੀ ਨਾਲ ਕਰ ਰਿਹਾ ਆ। ਜਿੱਥੇ ਕਿਤੇ ਕੋਈ ਨਸ਼ੇ ਦੇ ਖਿਲਾਫ਼ ਆਵਾਜ਼ ਚੁੱਕਦਾ ਆ ਉਹਨੂੰ ਜਾ ਕੇ ਜਿਹੜੀ ਕਵਰ ਕਰਕੇ, ਜਾਂ ਰੇਡੀਓ ਹੋਵੇ ਜਾਂ ਪ੍ਰੈੱਸ ਹੋਵੇ ਉਹਦੇ ਵਿੱਚ ਲਿਆ ਕੇ, ਅਖਬਾਰ ਹੋਵੇ ਉਹਦੇ ਵਿੱਚ ਲਿਆਉਣ ਦੀ ਆਪਣੀ ਡਿਊਟੀ ਨਿਭਾ ਰਿਹਾ ਹੈ ਜੀ। ਵਿਕਰਮ ਸਿੰਘ ਧਨੌਲਾ ਦੇ ਨਾਲ ਈਸ਼ਰ ਸਿੰਘ ਹਰੀਗੜ੍ਹ, ਨਿਡਰ ਆਵਾਜ਼ ਚੈਨਲ।